ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ? ਬਹੁਤ ਦਿੱਕਤ ਆਈਆਂ ਨੇ ਵੀਰੇ ਰਸਤੇ 'ਚ, ਕਿਲੋਮੀਟਰ ਨਹੀਂ ਕਦੇ ਚੱਲੇ ਵੀਰੇ, 1000 ਕਿਲੋਮੀਟਰ ਚੱਲਣਾ ਪੈ ਗਿਆ। ਹਾਂਜੀ, ਕੋਈ ਸਾਧਨ ਨਹੀਂ ਮਿਲਿਆ, ਕੋਈ ਖਾਣ ਪੀਣ ਨੂੰ ਨਹੀਂ ਮਿਲਿਆ। 2-4 ਦਿਨ ਉੱਥੇ ਪਈਆਂ ਨੇ, ਸਾਨੂੰ ਰੋਟੀ ਖਵਾਈ ਮਾਲਕਾਂ ਨੇ। ਹਾਂਜੀ, ਉਹ ਵੀ ਨਫ਼ਰਤ ਲੱਗ ਗਏ ਕਰਨ, ਕਹਿੰਦੇ ਆਪਣੇ ਘਰ ਜਾਵੋ। ਹਾਂਜੀ, ਅਤੇ ਅਸੀਂ ਆਪਣੇ ਘਰ ਫੋਨ ਕਰਦੇ ਜੀ, ਅਤੇ ਸਾਡੇ ਬੱਚੇ ਕਹਿੰਦੇ ਵੀ ਘਰ ਆਵੋ ਜਿੱਦਾਂ ਮਰਜ਼ੀ। ਹਾਂਜੀ, ਉੱਥੇ ਵੀਰੇ ਅਸੀਂ ਚੱਲ ਪਏ ਹਾਂ, ਬਹੁਤ ਦਿੱਕਤ ਆਈ ਆ ਸਾਨੂੰ ਖਾਣ ਪੀਣ ਦੀ। ਹੁਣ ਪਿੰਡ ਦੇ ਲਾਗੇ ਪਹੁੰਚਣ ਵਾਲੇ ਹਾਂ ਅਸੀਂ, ਇੱਕ ਜਗ੍ਹਾ 'ਤੇ ਰੋਟੀ ਮਿਲੀ ਆ ਵੀਰੇ ਸਾਨੂੰ ਪਾਤੜਾਂ ਦੇ ਵਿੱਚ। ਰਸਤੇ 'ਚ ਕਿਤੇ ਤੁਸੀਂ MP ਤੋਂ ਆਪਣਾ ਰਾਜਸਥਾਨ ਹਰਿਆਣੇ 'ਚ ਲੰਘੇ ਹੋ, ਕਿਤੇ ਖਾਣ ਨੂੰ ਰੋਟੀ ਰੁਟੀ ਦਾ ਕੋਈ ਪ੍ਰਬੰਧ ਹੈ ਵੀਰੇ? ਜੇ ਅਸੀਂ ਕਿਸੇ ਦੁਕਾਨ 'ਤੇ ਬਿਸਕੁਟ ਲੈਣ ਵੀ ਜਾਂਦੇ, ਸਾਨੂੰ ਬਿਸਕੁਟ ਵੀ ਨਹੀਂ ਮਿਲੇਗੇ, ਕੋਈ ਨਮਕੀਨ ਵੀ ਨਹੀਂ ਮਿਲਿਆ ਸਾਨੂੰ। ਠੀਕ ਹੈ, ਅਤੇ ਹੁਣ ਤੁਸੀਂ ਕਿੱਦਾਂ ਕੀ ਕਰੇਂਗੇ? ਪਿੰਡ ਪਹੁੰਚ ਕੇ ਤੁਸੀਂ ਆਪਣਾ ਇਕਾਂਤਵਾਸ 'ਚ ਕਿਤੇ ਵੱਖਰੀ ਜਗ੍ਹਾ 'ਤੇ ਬੈਠੇਂਗੇ? ਹਾਂ ਜੀ, ਅਸੀਂ ਅਲੱਗ ਜਗ੍ਹਾ 'ਤੇ ਜਿੱਥੇ ਸਾਨੂੰ ਮਤਲਬ ਪਿੰਡ ਦੇ ਬੰਦੇ ਕਹਿਣਗੇ ਅਸੀਂ ਉੱਥੇ ਬੈਠਾਂਗੇ, ਪਿੰਡ ਨਾਲ ਪੂਰਾ ਸਹਿਯੋਗ ਦੇਵਾਂਗੇ ਜੀ ਅਸੀਂ। ਹਾਂ, ਅਤੇ ਹੋਰ ਲੋਕਾਂ ਨੂੰ ਤੁਸੀਂ ਜਿਹੜੇ ਕੰਬਾਈਨਾਂ ਤੋਂ ਆਉਂਦੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ? ਮੈਂ ਤਾਂ ਇਹ ਕਹਿੰਦਾ ਸਾਰੇ ਕੰਬਾਈਨ ਵਾਲੇ ਵੀਰਾਂ ਨੂੰ ਵੀ ਪਿੰਡ ਦਾ ਸਾਥ ਦੇਵੋ ਜੀ। ਹਾਂਜੀ, ਜਿੱਥੇ ਤੁਹਾਨੂੰ ਪੰਚਾਇਤ ਕਹਿੰਦੀ ਉੱਥੇ ਬੈਠੋ। ਠੀਕ, ਕੋਈ ਸਕੂਲ 'ਚ ਜਾ ਕਿਤੇ ਵੀ। ਠੀਕ ਹੈ, ਠੀਕ ਹੈ ਜੀ। ਬਹੁਤ ਮਹਾਮਾਰੀ ਚੱਲਦੀ ਆ ਵੀਰੇ, ਆਪਣਾ ਬਚਾਓ, ਪਿੰਡ ਦਾ ਬਚਾਓ, ਆਪਣੇ ਬੱਚਿਆਂ ਦਾ ਬਚਾਓ ਆ। ਠੀਕ ਹੈ, ਇਹੀ ਕਹਿਣਾ ਵੀਰ ਮੇਰਾ। ਠੀਕ ਹੈ, ਓਕੇ। ਹੁਣ ਤੁਸੀਂ ਤੁਰ ਕੇ ਤੁਹਾਨੂੰ ਦਿੱਕਤਾਂ ਬਈ ਜਿੱਦਾਂ ਬਹੁਤ ਜ਼ਿਆਦਾ ਦਿੱਕਤ ਆ ਜੀ, ਮੈਂ ਕਹਿੰਦਾ ਵੀ ਹੱਥ ਪੈਰ ਕੰਮ ਨਹੀਂ ਕਰ ਰਿਹਾ ਜੀ ਬਿਲਕੁਲ ਵੀ। ਹਾਂਜੀ, ਇੰਨੀ ਥਕਾਵਟ ਹੋ ਗਿਆ, ਜ਼ਿੰਦਗੀ ਦੇ ਵਿੱਚ ਕਦੇ ਚੱਲੇ ਹੀ ਨਹੀਂ ਜੀ ਇੰਨਾ। ਹਾਂ, ਕਿਲੋਮੀਟਰ 2 ਕਿਲੋਮੀਟਰ ਚੱਲਦਾ ਵਾ ਜ਼ਿਆਦਾ ਤੋਂ ਜ਼ਿਆਦਾ ਬੰਦਾ। 20 ਸਾਲ ਹੋ ਗਏ ਜੀ ਕੰਬਾਈਨਾਂ 'ਤੇ। ਠੀਕ, ਬਹੁਤ ਦਿੱਕਤ ਆਈ ਆ ਵੀਰੇ, ਸਮਝ ਲਓ ਇੱਕ ਕਿਸਮ ਦੇ ਮਰੀ ਪਏ ਹਾਂ। ਠੀਕ ਹੈ ਵੀਰੇ, ਓਕੇ। ਗੁਰਮੀਤ ਸਿੰਘ ਆਏ ਹੋ, ਇਹ ਤੁਸੀਂ ਕਿੱਥੋਂ ਆਏ ਹੋ ਤੁਰ ਕੇ? MP ਤੋਂ ਆਏ ਤੁਰ ਕੇ। MP ਤੁਸੀਂ ਕੀ ਕਣਕ ਦਾ ਸੀਜ਼ਨ ਲਾਉਣ ਗਏ? ਕਣਕ ਦਾ ਸੀਜ਼ਨ ਲਾਉਣ ਗਏ ਸੀ। ਠੀਕ ਹੈ, ਅਤੇ ਹੁਣ ਤੁਹਾਨੂੰ ਰਸਤੇ 'ਚ ਕਿੰਨੀਆਂ ਕੁ ਦਿੱਕਤਾਂ ਆਈਆਂ? ਦਿੱਕਤਾਂ ਬਹੁਤ ਆਈਆਂ ਨੇ ਸਾਨੂੰ। ਠੀਕ ਹੈ, ਅਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਤੁਰਿਆਂ ਨੂੰ? ਸਾਨੂੰ ਤਕਰੀਬਨ ਹਫ਼ਤਾ ਹੀ ਹੋ ਗਿਆ ਤੁਰਿਆਂ ਨੂੰ। ਠੀਕ ਹੈ, ਰਸਤੇ 'ਚ ਤੁਹਾਨੂੰ ਰੋਟੀ ਪਾਣੀ ਕਿੱਦਾਂ? ਰੋਟੀ ਪਾਣੀ ਅਸੀਂ ਬਿਸਕੁਟ ਅਤੇ ਨਮਕੀਨ ਲੈ ਕੇ ਚੱਲੇ ਸੀ, ਅਤੇ ਪਾਤਲਾਂ ਪੰਜਾਬ ਜਾ ਕੇ ਰੋਟੀ ਖਾਧੀ ਅਸੀਂ। ਠੀਕ ਆ, ਤੁਰ ਕੇ ਆਏ ਹੋਗੇ, ਰਸਤੇ 'ਚ ਕੋਈ ਮਿਲ ਜਾਂਦਾ ਸਾਧਨ? ਮਾੜਾ ਮੋਟਾ ਮਿਲ ਗਿਆ, ਚੜ੍ਹਾ ਲਿਆ 5-7-10 ਕਿਲੋਮੀਟਰ। ਫੇਰ ਤਾਰ ਦਿੰਦੇ ਵੀ ਅਸੀਂ ਉਰੇ ਚਲਾਉਣੀਆਂ, ਕੰਮ ਕਰਨਾ, ਮਸ਼ੀਨਾਂ ਚਲਾਉਣੀਆਂ ਜਾਂ ਰੀਪਰ ਚਲਾਉਣਾ। ਠੀਕ ਹੈ, ਹੁਣ ਤੁਸੀਂ ਅੱਗੇ ਕਿੱਦਾਂ ਘਰੇ ਜਾਵੇਂਗੇ? ਅਸੀਂ ਪੰਚਾਇਤ ਜਿਵੇਂ ਕਰੂਗੀ ਪੰਚਾਇਤ ਦੇ ਹਿਸਾਬ ਨਾਲ ਚੱਲਾਂਗੇ। ਠੀਕ ਹੈ ਜੀ, ਓਕੇ। ਨਾਮ ਕੀ ਜੀ? ਗੁਰਪ੍ਰੀਤ ਸਿੰਘ ਜੀ। ਤੁਸੀਂ ਕਿੱਥੋਂ ਆਏ ਹੋ ਹੁਣ? ਅਸੀਂ ਆਏ ਜੀ MP ਗੋਨਾ ਜ਼ਿਲ੍ਹਾ ਜੀ। ਹਾਂਜੀ, ਸਾਨੂੰ ਚੱਲਿਆਂ ਨੂੰ ਜੀ 1 ਹਫ਼ਤਾ ਹੋ ਗਿਆ ਜੀ। ਅਸੀਂ ਮਤਲਬ ਸਾਡੇ ਪਿੰਡ ਦੇ ਲਵੇ ਪਹੁੰਚਣ ਵਾਲਿਆਂ, ਤਾਂ ਸਾਨੂੰ ਰੋਡ 'ਤੇ ਬਹੁਤ ਦਿੱਕਤ ਆਈ ਜੀ ਖਾਣ ਪੀਣ ਦੀ। ਅਸੀਂ ਮਤਲਬ ਇਹੋ ਜੀ ਉਹ 'ਚ ਸਤੀਜੀ ਸੀ ਲੰਘੇ ਹੋਏ ਜੀ, ਸਾਡੇ ਲੱਤਾਂ ਪੈਰਾਂ ਹੱਥ ਸਭ ਕੁਛ ਦੁੱਖ ਰਿਹਾ ਜੀ। ਠੀਕ ਹੈ, ਸਭ ਕੁਛ ਦੁੱਖ ਰਿਹਾ, ਉਹਦੇ ਕਾਰਨ ਅਸੀਂ ਨਮਕੀਨ ਔਰ ਭੁੱਖਮਾਰੀ ਨਾਲ ਉਹ ਕਰਕੇ ਇੱਥੇ ਤੱਕ ਪਹੁੰਚੇ ਹਾਂ ਜੀ ਪਿੰਡ ਤੱਕ। ਸਾਡੇ ਹਾਲੇ ਵੀ ਅਸੀਂ 2-3 ਕਿਲੋਮੀਟਰ ਪਿੰਡ ਤੋਂ ਪਿੱਛੇ ਹਾਂ ਜੀ, ਵੀ ਪਹੁੰਚਣ ਵਾਲੇ ਹਾਂ। ਅਸੀਂ ਪੰਚਾਇਤ ਸਰਪੰਚ ਪੰਚਾਇਤ ਨਾਲ ਗੱਲ ਕਰਕੇ ਅਸੀਂ ਪਿੰਡ ਬਾਹਰ ਬੈਠੇ ਹਾਂ ਜੀ, ਬਾਹਰ ਬੈਠ ਬੈਠ ਜਾਂਗੇ ਜੀ। ਬਾ ਠੀਕ,